ਅੰਮ੍ਰਿਤਸਰ ਦੇ ਛੇਹਰਟਾ ਵਿਖੇ ਅੱਗ ਲੱਗਣ ਨਾਲ ਇੱਕ ਫਰਨੀਚਰ ਦੀ ਦੁਕਾਨ ਦੇ ਸੜ ਕੇ ਸਵਾਹ ਹੋਣ ਦੀ ਸੂਚਨਾ ਮਿਲੀ ਹੈ। ਅੱਗ ਦੀ ਸੂਚਨਾ ਮਿਲਦੇ ਸਾਰ ਹੀ ਪੁਲਿਸ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਤੁਰੰਤ ਹੀ ਫਾਇਰ ਬ੍ਰਿਗੇਡ ਦੀ ਟੀਮ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ਤੇ ਆ ਕੇ ਅੱਗ ਤੇ ਕਾਬੂ ਪਾਇਆ। ਉਹਨਾਂ ਕਿਹਾ ਕਿ ਅੱਗ ਲੱਗਣ ਨਾਲ ਕਿੰਨਾ ਕੁ ਨੁਕਸਾਨ ਹੋਇਆ ਹੈ ਫਿਲਹਾਲ ਇਸ ਬਾਰੇ ਮਾਲਕ ਨਾਲ ਗੱਲਬਾਤ ਕੀਤੀ ਜਾਵੇਗੀ ਤੇ ਅੱਗ ਲੱਗਣ ਦੇ ਕਾਰਨਾਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਜਾਵੇਗੀ। ਦੇਖੋ ਜੀ, ਸ਼ਾਦਾ ਚੌਂਕ ਦੇ ਜਿਹੜਾ ਬਾਜ਼ਾਰ ਹੈ ਉੱਥੇ ਅੱਗ ਲੱਗਣ ਦੀ ਸਾਨੂੰ ਸੂਚਨਾ ਮਿਲੀ ਸੀ ਕਿ ਧਵਨ ਫਰਨੀਚਰ ਦੇ ਅੱਗ ਲੱਗੀ ਆ। ਸਾਨੂੰ ਮੌਕੇ ਦੀ ਜਿਹੜੀ ਤਲਾਹ SHO ਸ਼ਾਦੇ ਵੱਲੋਂ ਦਿੱਤੀ ਗਈ ਸੀ, ਜਿਹੜੇ ਕਿ ਅਸੀਂ ਮੌਕੇ 'ਤੇ ਦੋ ਗੱਡੀਆਂ ਕਾਰਪੋਰੇਸ਼ਨ ਦੀਆਂ, ਇੱਕ ਗੱਡੀ ਸੇਵਾ ਸੰਤੀ ਦੀ, ਜਿਹੜੀ ਕਿ ਮੌਕੇ 'ਤੇ ਕੱਢ ਦਿੱਤੀ ਸੀ ਅਤੇ ਆਉਂਦਿਆਂ ਜਦੋਂ ਵੇਖਿਆ ਰਸਤੇ ਦੇ ਵਿੱਚ ਹੀ ਸਾਨੂੰ ਅੱਗ ਦਿਖਣੀ, ਧੂੰਆਂ ਦਿਖਣਾ ਚਾਲੂ ਹੋ ਗਿਆ ਸੀ, ਜਿਸ ਕਾਰਨ ਅਸੀਂ ਇੱਥੇ ਮੌਕੇ 'ਤੇ ਜਦੋਂ ਪਹੁੰਚੇ ਹਾਂ ਅਤੇ ਆ ਕੇ ਦੇਖਿਆ ਸੀ ਅੱਗ ਬਹੁਤ ਜ਼ਿਆਦਾ ਸੀ। ਫਰਨੀਚਰ ਨੂੰ ਜਿਹੜੀ ਲੱਕੜ ਦੀ ਜਿਹੜੀ ਅੱਗ ਆ ਉਹ ਜ਼ਿਆਦਾ ਪੈਣ ਕਰਕੇ ਸੇਕਾ ਬਹੁਤ ਤੇਜ਼ ਸੀ, ਜਿੰਨਾ ਅੱਗ ਬੁਝਾਉਣ 'ਚ ਸਾਨੂੰ ਬੜੀ ਮੁਸ਼ਕਲ ਆਈ ਹੈ। ਲਗਭਗ 90% ਅੱਗ 'ਤੇ ਫਿਰ ਵੀ ਅਸੀਂ 1 ਘੰਟੇ ਦੇ ਅੰਦਰ ਅੰਦਰ ਕੰਟਰੋਲ ਕਰ ਦਿੱਤਾ। 10% ਜਿਹੜੀ ਅੱਗ ਰਹਿ ਗਈ ਉਹਨੂੰ ਕੰਟਰੋਲ ਕਰ ਰਹੇ ਹਾਂ। ਕਾਰਨ ਹਜੇ ਤੱਕ ਨਹੀਂ ਪਤਾ, ਜੇ ਮਾਲਕਾਂ ਨੂੰ ਮਿਲਾਂਗੇ ਜੀ ਦੁਕਾਨ ਦੇ ਕਿਹੜੇ ਮਾਲਕ ਆ ਉਹਨਾਂ ਨੂੰ ਪੁੱਛਾਂਗੇ ਵੀ ਅੱਗ ਕਿਸ ਤਰ੍ਹਾਂ ਲੱਗੀ ਹੈ, ਫਿਰ ਕੋਈ ਕਾਰਨ ਦਾ ਕਾਰਨ ਦੱਸ ਪਾਵਾਂਗਾ। ਉਧਰ ਇਸ ਸੰਬੰਧੀ ਜਦੋਂ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਫਿਲਹਾਲ ਅੱਗ ਤੇ ਕਾਬੂ ਪਾ ਲਿਆ ਗਿਆ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਅੱਗ ਕਿਸ ਤਰ੍ਹਾਂ ਲੱਗੀ ਫਿਲਹਾਲ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਹੁਣ ਤੋਂ ਜਿਹੜਾ ਹੁਣ ਟਾਈਮ ਹੋਇਆ ਜੀ, ਕਰੀਬ 3 ਵਜੇ ਨੇ, ਹੁਣ ਤੋਂ ਕਰੀਬ ਡੇਢ ਘੰਟਾ ਪਹਿਲਾਂ ਛਿਆਟਾ ਬਾਜ਼ਾਰ ਦੇ ਵਿੱਚ ਧਵਨ ਫਰਨੀਚਰ ਹੈ ਜੀ, ਲੱਕੜ ਦਾ ਕੰਮ ਕਰਦੇ ਨੇ ਉਹਨਾਂ ਦਾ, 2-3 ਮੰਜ਼ਿਲਾ ਹੈਗਾ ਜਿਹੜਾ ਸ਼ੋਰੂਮ ਆ, ਅਤੇ ਉੱਥੇ ਉਹਨਾਂ ਨੇ ਟੌਪ 'ਤੇ ਜਿਹੜਾ ਆਪਣਾ ਸਕ੍ਰੈਪ ਵਗੈਰਾ ਰੱਖੀ ਸੀਗੀ ਅਤੇ ਉਹ ਅਚਾਨਕ ਅੱਗ ਲੱਗਣ ਦਾ ਜਿਹੜਾ ਉਹਦੀ ਇਤਲਾਹ ਮਿਲੀ। ਜਦੋਂ ਸਾਨੂੰ ਉਹਦੀ ਇਤਲਾਹ ਮਿਲੀ, ਅਸੀਂ ਤੁਰੰਤ ਫਾਇਰ ਬ੍ਰਿਗੇਡ ਦੇ ਨਾਲ ਲਿੰਕ ਕੀਤਾ ਔਰ ਫਾਇਰ ਬ੍ਰਿਗੇਡ ਤੋਂ ਬਹੁਤ ਜਲਦੀ 5 ਗੱਡੀਆਂ ਜਿਹੜੀਆਂ ਉਹਨਾਂ ਨੇ ਸਮੇਂ ਸਮੇਂ 'ਤੇ ਇੱਥੇ ਭੇਜੀਆਂ। ਜਿਹੜਾ ਫਾਇਰ ਬ੍ਰਿਗੇਡ ਦੇ ਕਰਮਚਾਰੀ ਅਤੇ ਲੋਕਾਂ ਦੇ ਸਾਥ ਦੇ ਨਾਲ ਜਿਹੜੀ ਅੱਗ 'ਤੇ ਜਿਹੜਾ ਕਾਬੂ ਪਾ ਲਿਆ ਗਿਆ ਵਾ, ਫਿਲਹਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਬਾਕੀ ਜਿਹੜਾ ਬਾਕੀ ਨੁਕਸਾਨ ਆ ਉਹਨਾਂ ਦਾ ਕੀ ਹੋਇਆ ਉਹ ਬਸ ਅਸੀਂ ਚੈੱਕ ਕਰ ਰਹੇ ਹਾਂ। ਸਰ, ਕਾਰਨ ਕੀ ਸੀ ਜੀ ਅੱਗ ਦਾ, ਕੁਝ ਪਤਾ ਲੱਗਿਆ? ਫਿਲਹਾਲ ਤਾਂ ਸ਼ਾਰਟ ਸਰਕਟ ਦਾ ਦੱਸਿਆ ਜਾ ਰਿਹਾ, ਇੱਕ ਗਰਮੀ ਬਹੁਤ ਆ, ਉੱਪਰ ਹੋ ਸਕਦਾ ਲੱਕੜਾਂ ਸੁੱਕੀਆਂ ਸੁੱਕੀਆਂ ਹੋਣ, ਕੋਈ ਉੱਥੇ ਸਪਾਰਕ ਹੋ ਕੇ ਲੱਗੀ ਆ। ਬਾਕੀ ਫਿਰ ਵੀ ਡੰਗਿਆਈ ਨਾਲ ਵੈਰੀਫਾਈ ਕਰ ਲਾਂਗੇ ਕੀ ਕਾਰਨ ਆ। ਨਹੀਂ, ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰਮਾਤਮਾ ਦੀ ਮਿਹਰ ਰਹੀ ਆ। ਬਾਕੀ ਫਿਰ ਮੇਨ ਜਿਹੜਾ ਉਹਨਾਂ ਦਾ ਫਰਨੀਚਰ ਉਹ ਵੀ ਬਚ ਗਿਆ, ਸਕ੍ਰੈਪ ਉਹਨਾਂ ਦੀ ਸੜੀ ਆ, ਬਾਕੀ ਉਹਦਾ ਐਸਟੀਮੇਟ ਅਜੇ ਉਹ ਲਾ ਰਹੇ ਨੇ।